ਰੰਨਾ ਹੋਣ ਜੇ ਗੰਦੀ ਨਸਲ ਦੀਆਂ ਪਾਰੋ ਜਿਹਾ ਇੰਜੀਨੀਅਰ ਬੇਵਕੂਫ ਬਣਾ ਦੇ ਦੀਆਂ। ਤੋ ਦੋਸਤੋ ਹਮ ਆਪਕੋ ਬਤਾ ਰਹੇ ਹੈ ਨੈਕਸਟ ਐਪੀਸੋਡ ਮੇਂ ਕਿਆ ਕੁਛ ਹੋਣੇ ਵਾਲਾ ਹੈ। ਗ੍ਰਿਫਤ ਡਰਾਮਾ ਸੀਰੀਅਲ ਹੈ ਔਰ ਜੇ ਹੈ ਰੂਹੀ ਜੋ ਕਿ ਮੁਰਾਦ ਕੋ ਕਾਬੂ ਕਰਨੇ ਕੇ ਲੀਏ ਹਰ ਮੁਮਕਿਨ ਕੋਸ਼ਿਸ਼ ਕਰੇਗੀ ਔਰ ਕੋਈ ਮੌਕਾ ਹੱਥ ਸੇ ਜਾਣੇ ਨਹੀਂ ਦੇਗੀ। ਔਰ ਯਹੀ ਵਜ੍ਹਾ ਹੈ ਕਿ ਜਬ ਉਸਕੀ ਮਾਲਕਨ ਉਸਕੋ ਫੋਨ ਕਰ ਰਹੀ ਹੈ ਔਰ ਉਸਕੀ ਖੈਰੀਅਤ ਪੁੱਛਦੀ ਹੈ ਕਿ ਮੁਰਾਦ ਕਾ ਕਿਆ ਹਾਲ ਹੈ, ਤੋ ਵੋ ਆਗੇ ਸੇ ਕਹਿਤੀ ਹੈ ਕਿ ਦੇਖੋ ਆਵਾਜ਼ ਨਹੀਂ ਆ ਰਹੀ ਔਰ ਐਸਾ ਤੈਸਾ ਕਰਕੇ ਟਾਲ ਦੇਤੀ ਹੈ। ਔਰ ਯੇ ਨਿਸ਼ਾ ਜਬ ਆਪਣੀ ਭਾਭੀ ਸੇ ਬਾਤ ਕਰਤੀ ਹੈ ਕਿ ਦੇਖੋ ਮੁਰਾਦ ਮੇਰੇ ਸੇ ਬਦਜ਼ਨ ਰਹਿਣੇ ਲਗਾ ਹੈ, ਔਲਾਦ ਨਾ ਹੋਣੇ ਕੀ ਵਜ੍ਹਾ ਸੇ ਯੇ ਕਹਿਣਾ ਹੈ ਉਸਕਾ, ਔਰ ਉਸਕੀ ਭਾਭੀ ਉਸਕੋ ਕਹਿ ਰਹੀ ਹੈ ਕਿ ਤੁਮੇ ਕਿਸਨੇ ਬਤਾਇਆ। ਨਿਸ਼ਾ ਕਾ ਕਹਿਣਾ ਯੇ ਹੈ ਕਿ ਯੇ ਬਾਤ ਤੋ ਮੁਝੇ ਰੂਹੀ ਨੇ ਬਤਾਈ ਔਰ ਤੁਮਨੇ ਮਾਨ ਲਿਆ, ਵੋ ਮੁਝੇ ਸ਼ਕਲ ਸੇ ਹੀ ਚੜੇਲ ਖੁਦ ਗਰਜ਼ ਔਰ ਲਾਲਚੀ ਲਗਤੀ ਹੈ ਔਰ ਤੁਮਨੇ ਉਸਕੀ ਬਾਤ ਕਾ ਯਕੀਨ ਕੈਸੇ ਕਰ ਲਿਆ। ਇਸ ਤਰ੍ਹਾਂ ਕਿ ਜੋ ਔਰਤੇ ਹੋਤੀ ਹੈ ਵੋ ਦੂਸਰੋ ਕੇ ਘਰ ਬਰਬਾਦ ਕਰਕੇ ਜ਼ਹਿਨੀ ਸਕੂਨ ਹਾਸਲ ਕਰਤੀ ਹੈ, ਔਰ ਯਹੀ ਸਾਰਾ ਕੁਛ ਰੂਹੀ ਨੇ ਵੀ ਕੀਆ। ਔਰ ਜਬ ਉਸਕੀ ਮਾਲਕਨ ਕਾ ਫੋਨ ਆਇਆ, ਨਿਸ਼ਾ ਉਸਸੇ ਪੁੱਛ ਰਹੀ ਹੈ, ਤੋ ਉਸਨੇ ਕਹਾ ਆਵਾਜ਼ ਨਹੀਂ ਆ ਰਹੀ ਔਰ ਉਸਕਾ ਫੋਨ ਕਟ ਆਫ ਕਰ ਦਿਆ ਔਰ ਖੁਦ ਮੁਰਾਦ ਕੇ ਉੱਪਰ ਹਮਲਾ ਕਰ ਦਿਆ ਉਸਕੋ ਕਾਬੂ ਕਰਨੇ ਕੇ ਲੀਏ। ਔਰ ਯੇ ਮੁਰਾਦ ਕਾਫੀ ਹੱਦ ਤੱਕ ਉਸਸੇ ਜਾਨ ਛੁੜਾਨੇ ਕੀ ਕੋਸ਼ਿਸ਼ ਤੋ ਕਰ ਰਹਾ ਹੈ ਕਿ ਮੇਰੇ ਔਰ ਤੁਹਾਰੇ ਸਟੇਟਸ ਮੇਂ ਜ਼ਮੀਨ ਅਸਮਾਨ ਕਾ ਫਰਕ ਹੈ, ਮੇਰੇ ਜੋ DIG ਹੈ ਵੋ ਮੇਰੇ ਅੰਕਲ ਹੈ, ਚਾਚਾ ਹੈ ਮੇਰੇ। ਯਹੀ ਬਾਤ ਉਸਨੇ ਅਰਫਾਨ ਕੋ ਸੇ ਵੀ ਕਹੀ ਥੀ ਔਰ ਕਹਾ ਕਿ ਇਧਰ ਇਸ ਘਰ ਮੇਂ ਤੋ ਕਿਆ ਮੁਹੱਲੇ ਮੇਂ ਵੀ ਨਜ਼ਰ ਨਹੀਂ ਆਨਾ। ਯਹੀ ਬਾਤ ਦੇਖ ਲੈਤੀ ਹੈ ਜਨਾਬ ਨਿਸ਼ਾ ਆਗੇ ਕਿਆ ਕੁਛ ਹੋਣੇ ਵਾਲਾ ਹੈ। ਹਮਾਰੇ ਸਾਥ ਰਹਿਣੇ ਕਾ ਬਹੁਤ ਬਹੁਤ ਸ਼ੁਕਰੀਆ, ਆਪਣਾ ਬਹੁਤ ਸਾਰਾ ਖਿਆਲ ਰੱਖੀਏ। ਨੋ ਵੀ ਬਾਈ ਚਾਹੇਗਾ ਆਪਸੇ ਇਜਾਜ਼ਤ, ਅੱਲਾ ਹਾਫਿਜ਼ ਐਂਡ ਬਾਏ ਬਾਏ।